ਪੰਜਾਬ ਸੂਬੇ ਦੇ ਵਿੱਚ ਆਗਾਮੀ ਮਹੀਨੇ ਨਗਰ ਕੌਂਸਲ ਦੇ ਚੋਣਾਂ ਹੋਣ ਜਾ ਰਹੇ ਹਨ, ਜਿਸ ਨੂੰ ਲੈ ਕੇ ਜਿੱਥੇ ਵੱਖੋ ਵੱਖ ਪਾਰਟੀਆਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਹੀ ਭਾਜਪਾ ਦੇ ਨਾਲ ਗਠਬੰਧਨ ਖਤਮ ਹੋਣ ਬਾਅਦ ਅਕਾਲੀ ਦਲ ਦੀ ਪਾਰਟੀ ਵੀ ਨਗਰ ਕੌਂਸਲ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ। ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਨੰਗਲ ਵਿਖੇ ਅਕਾਲੀ ਦਲ ਦੇ ਆਗੂ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਪਲੇਠੀ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਿਊਂਸੀਪਲ ਕੌਂਸਲ ਨੰਗਲ ਦੇ 19 ਵਾਰਡਾਂ ਵਿੱਚੋਂ 19 ਤੇ ਹੀ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਬਹੁਮਤ ਹਾਸਲ ਕਰਕੇ ਮਿਊਂਸੀਪਲ ਕੌਂਸਲ ਦੀ ਪ੍ਰਧਾਨਗੀ ਵੀ ਹਾਸਲ ਕਰੇਗੀ। ਅਵਿਨਾਸ਼ ਸ਼ਰਮਾ ਦੇ ਨਾਲ ਕੇਸ਼ ਰਾਣਾ ਦੀ ਰਿਪੋਰਟ। ਮਕਸਦ ਜੋ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਆ ਰਹੀਆਂ, ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਇੰਸ ਵਿੱਚ ਸੀ, ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ 'ਤੇ ਆਪਣੇ ਇਲਾਕੇ ਅੰਦਰ ਵੀ ਲੜਾਈ ਲੜਨ ਦੀ ਤਿਆਰ ਹੈ। ਉਸ ਦੀ ਤਿਆਰੀ ਵਾਸਤੇ ਇਨੀਸ਼ੀਅਲ ਮੀਟਿੰਗ, ਪਹਿਲੀ ਪਲੇਠੀ ਮੀਟਿੰਗ ਅੱਜ ਅਸੀਂ ਜਿਹੜੀ ਇਹ ਬੁਲਾਈ ਹੈ, ਇਹਦੇ 'ਚ ਅਸੀਂ ਕਿਵੇਂ ਜ਼ਿੰਮੇਵਾਰ ਵਿਅਕਤੀਆਂ ਨੂੰ ਸੱਦਾ ਪੱਤਰ ਦਿੱਤਾ ਵੀ ਤੁਸੀਂ ਆ ਕੇ ਆਪੋ ਆਪਣੇ ਜਿਹੜੇ ਵਰਕਰ ਜਿੰਨੇ ਵੀ ਜਾ ਸਕਦੇ ਆ ਕੇ ਇੱਥੇ ਆਪਾਂ ਗੱਲਬਾਤ ਕਰੀਏ। ਡਾਕਟਰ ਜਗਜੀਤ ਸਿੰਘ ਚੀਮਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਆ, ਪਾਰਟੀ ਦੇ ਬੁਲਾਰੇ ਵੀ ਆ, ਅਤੇ ਉਹ ਇਸ ਇਲਾਕੇ ਦੀ ਵੀ ਸਾਰੀ ਦੇਖ ਰੇਖ ਕਰਦੇ ਆ ਅਕਾਲੀ ਦਲ ਦੀ, ਉਹ ਜਿੱਥੇ ਤੌਰ 'ਤੇ ਉਹਨਾਂ ਨੇ ਲੜਾਈ ਉਹ ਪਹੁੰਚ ਰਹੇ। ਅਸੀਂ 19 ਸੀਟਾਂ 'ਤੇ ਲੜਾਂ, ਅਸੀਂ ਲੜਾਈ ਜਿੱਤਾਂਗੇ ਜੀ। ਹਾਂਜੀ, ਹਰ ਵਿਰੋਧੀ ਪਾਰਟੀ ਨੇ ਆਪੋ ਆਪਣਾ ਬਿਆਨ ਦੇਣਾ, ਅਸੀਂ ਕਹਾਂਗੇ ਕਿ ਉਹ BJP ਜਿਹੜੀ ਆ ਉਹ ਸਾਨੂੰ ਹਰਾਉਣ ਲਈ ਲੱਗੀ ਹੋਈ ਆ, ਕਾਂਗਰਸ ਸਰ ਕਹਿੰਦੇ ਅਕਾਲੀ ਦਲ ਲੱਗਾ ਹੋਇਆ, ਉਹ ਕਹਿੰਦੇ ਆਮ ਪਾਰਟੀ। ਇਹ ਤਾਂ ਜੀ ਘਸੇ ਪੱਟੇ ਬਿਆਨ ਹੁੰਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਪਾਰਟੀ ਕਦੀ ਕਿਸੇ ਦੇ ਮੁਤਾਬਕ ਨਹੀਂ ਕੰਮ ਕਰਦੀ। ਹਰ ਪਾਰਟੀ ਦਾ ਅਕਾਲੀ ਦਲ ਦਾ ਤਾਂ ਇਤਿਹਾਸ ਹੈ, ਪੰਜਾਬ 'ਚ ਸਰਕਾਰਾਂ ਰਹੀਆਂ ਹੈ, ਸਭ ਤੋਂ ਲੰਬਾ ਸਮਾਂ ਇੱਕ ਲੀਡਰ ਪੰਜਾਬ 'ਚ ਰਿਹਾ, ਛੋਟੀ ਪਾਰਟੀ ਹੈ ਇਹ। ਇਹ ਪਾਰਟੀ ਇੰਨੀ ਛੋਟੀ ਪਾਰਟੀ ਨੇ, ਕੋਈ ਕਿਸੇ ਹਰ ਪ੍ਰੈਸ਼ਰ ਤੋਂ ਪੋਲੀਟੀਕਲ ਪਾਰਟੀ, ਇਹਦੀ ਡਿਊਟੀ ਹੈ ਕਿ ਉਹ ਆਪਣੀ ਜਿਹੜੀ ਆਪਣੇ ਇਲਾਕੇ ਹਰ ਖੇਤਰੋਂ, ਕਿਉਂਕਿ 117 ਦੀ 117 ਵਿਧਾਨ ਸਭਾ 'ਤੇ ਇਲੈਕਸ਼ਨਾਂ ਹੋਣੀਆਂ, ਬਿਲਕੁਲ 117 'ਚ ਇੱਕ ਅਨੰਦਪੁਰ ਦੀ ਵੀ 117 'ਚ ਹੁੰਦੀ ਹੈ, ਤਾਂ ਉਹਦੇ ਜਿੰਨੀਆਂ ਮਿਊਂਸੀਪਲ ਕਮੇਟੀਆਂ, ਕੱਲ੍ਹ ਅਨੰਦਪੁਰ ਸਾਹਿਬ ਅਸੀਂ ਸਾਡਾ ਰਾਮ ਸਿੰਘ ਪ੍ਰਧਾਨ ਵੀ ਰਹਿੰਦਾ ਰਿਹਾ, ਸਾਡੇ ਪਹਿਲਾਂ ਕੌਂਸਲ ਪਿਛਲੀ ਵਾਰੀ ਇੱਥੇ ਸਿੰਪਲ 'ਤੇ ਲੜਨ ਦਾ ਫਾਇਦਾ ਸਾਡਾ, ਜਿੰਦਰ ਵੀ ਲੜੇ ਯਾਰ ਕਿਵੇਂ ਲੜਾਂਗੇ, ਅਸੀਂ ਜੇ ਪੁੱਜੇ ਅਸੀਂ ਤਾਂ 19 'ਤੇ ਲੜਾਂਗੇ, ਅਤੇ ਵੱਧ ਤੋਂ ਵੱਧ ਸੀਟਾਂ ਅਸੀਂ ਜਿੱਤ ਕੇ ਕੌਂਸਲ ਦੇ ਵਿੱਚ ਪ੍ਰਧਾਨਗੀ ਸਾਡੀ ਹੋਏਗੀ।